ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਡਾਊਟਨੈਟ ਵਿੱਚ ਤੁਹਾਡਾ ਸਵਾਗਤ ਹੈਗਾ। ਇਸ ਪ੍ਰਸ਼ਨ ਵਿੱਚ ਸਾਨੂੰ ਆਖਿਆ ਗਿਆ ਕਿ 1 ਲੀਟਰ ਦਾ ਵਾਟਰ ਹੈਗਾ ਜਿਹਦਾ ਟੈਂਪਰੇਚਰ ਹੈ 30 ਡਿਗਰੀ ਸੈਲਸੀਅਸ, ਉਹਨੂੰ ਮਿਕਸ ਕੀਤਾ ਗਿਆ 1 ਲੀਟਰ ਆਫ ਵਾਟਰ ਜਿਹਦਾ ਟੈਂਪਰੇਚਰ ਹੈਗਾ 50 ਡਿਗਰੀ ਸੈਲਸੀਅਸ, ਤੇ ਦੱਸੋ ਟੈਂਪਰੇਚਰ ਜਿਹੜਾ ਫਾਈਨਲ ਮਿਕਸਚਰ ਦਾ ਹੋਊਗਾ ਉਹ ਕੀ ਹੋਊਗਾ। ਆਪਾਂ ਇੱਥੇ ਲੈ ਕੇ ਚੱਲੇ ਹਾਂ ਕਿ ਇੱਕ ਕੰਟੇਨਰ ਹੈਗਾ ਜਿਹਦੇ 'ਚ 1 ਲੀਟਰ ਪਾਣੀ ਹੈਗਾ ਤੇ ਉਹਦਾ ਟੈਂਪਰੇਚਰ ਹੈਗਾ 30 ਡਿਗਰੀ ਸੈਲਸੀਅਸ, ਤੇ ਇੱਥੇ ਇੱਕ ਕੰਟੇਨਰ ਹੈਗਾ ਜਿਹਦੇ 'ਚ 1 ਲੀਟਰ ਪਾਣੀ ਹੈਗਾ ਤੇ ਉਹਦਾ ਟੈਂਪਰੇਚਰ ਹੈਗਾ 50 ਡਿਗਰੀ ਸੈਲਸੀਅਸ। ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਦੱਸੋ ਟੈਂਪਰੇਚਰ ਕਿੰਨਾ ਹੋਊਗਾ। ਹੁਣ ਸਾਨੂੰ ਪਤਾ ਹੈਗਾ ਕਿ ਜਦੋਂ 50 ਡਿਗਰੀ ਟੈਂਪਰੇਚਰ ਜਿਹੜਾ ਉਹ ਜ਼ਿਆਦਾ ਹੈਗਾ 30 ਨਾਲੋਂ, ਮਤਲਬ ਕਿ ਮਾਸ ਜਿਹੜਾ ਹੈਗਾ ਉਹ ਜ਼ਿਆਦਾ ਹੋਊਗਾ। ਕਿਉਂ? ਕਿਉਂਕਿ ਜੇ ਆਪਾਂ ਕਿਸੇ ਚੀਜ਼ ਦਾ ਟੈਂਪਰੇਚਰ ਇਨਕਰੀਜ਼ ਕਰੀਏ ਤੇ ਉਹ ਐਕਸਪੈਂਡ ਕਰਦੀ ਹੈ, ਮਤਲਬ ਕਿ ਇਹਦੇ ਵਿੱਚ ਪਾਣੀ ਦਾ ਮਾਸ ਜਿਹੜਾ ਹੈ ਉਹ ਜ਼ਿਆਦਾ ਹੋਊਗਾ ਜੇ ਆਪਾਂ ਕੰਪੇਅਰ ਕਰੀਏ 30 ਡਿਗਰੀ ਤੇ ਪਾਣੀ ਦੇ ਮਾਸ ਨਾਲ। ਤੇ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਤਾਂ ਕੀ ਹੋਊਗਾ ਕਿ ਜਿਹੜਾ ਐਵਰੇਜ ਟੈਂਪਰੇਚਰ ਹੈਗਾ, ਐਵਰੇਜ ਟੈਂਪਰੇਚਰ ਹੈਗਾ ਉਹ 50 ਡਿਗਰੀ ਸੈਲਸੀਅਸ ਦੇ ਹੱਕ ਵਿੱਚ ਹੋਊਗਾ, ਕਿਉਂਕਿ ਜਿਹੜਾ ਮਾਸ ਹੈਗਾ ਉਹ 50 ਡਿਗਰੀ ਸੈਲਸੀਅਸ ਵਾਲੇ ਪਾਣੀ ਦਾ ਜ਼ਿਆਦਾ ਹੈਗਾ। ਤੇ ਜਿਹੜਾ ਐਵਰੇਜ ਟੈਂਪਰੇਚਰ ਹੋਊਗਾ ਉਹ 30 ਤੋਂ ਵੱਧ ਜਾਊਗਾ ਤੇ 50 ਡਿਗਰੀ ਸੈਲਸੀਅਸ ਤੋਂ ਥੋੜਾ ਘੱਟ ਰਹੂਗਾ। ਇਸੇ ਕਰਕੇ ਇਹਦਾ ਜਿਹੜਾ ਉੱਤਰ ਹੈ ਉਹ ਹੈਗਾ ਡੀ ਪਾਰਟ, ਜਿਹਦੇ ਵਿੱਚ ਕਹਿ ਰਹੇ ਨੇ ਬਿਟਵੀਨ 30 ਡਿਗਰੀ ਸੈਲਸੀਅਸ ਐਂਡ 50 ਡਿਗਰੀ ਸੈਲਸੀਅਸ। ਇਹ ਸੀਗਾ ਜੀ ਇਸ ਪ੍ਰਸ਼ਨ ਦਾ ਉੱਤਰ। ਧੰਨਵਾਦ।